ਵਲੀ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਹੋ ਗਿਆ ਵੱਡਾ ਚਮਤਕਾਰ, ਨਾ ਬੋਲ ਸਕਣ ਵਾਲਾ ਬੱਚਾ ਲੱਗ ਗਿਆ ਜੈਕਾਰੇ ਗਜਾਉਣ। ਵੈਸੇ ਗੁਰੂ ਰਾਮਦਾਸ ਜੀ ਦੇ ਦਰ ਤੇ ਇਹ ਕੋਈ ਪਹਿਲਾ ਚਮਤਕਾਰ ਨਹੀਂ ਹੋਇਆ, ਪਹਿਲਾਂ ਵੀ ਕਈ ਵਾਰ ਅਜਿਹੇ ਚਮਤਕਾਰ ਸਾਹਮਣੇ ਆਏ ਨੇ ਕਿ ਨਾ ਬੋਲ ਸਕਣ ਵਾਲੇ ਜਾਂ ਨਾ ਤੁਰ ਸਕਣ ਵਾਲੇ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਕੇ ਬਿਲਕੁਲ ਠੀਕ ਹੋ ਜਾਂਦੇ ਨੇ। ਅਤੇ ਇਸ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਬੋਲ ਨਹੀਂ ਸੀ ਸਕਦਾ ਤਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਕੇ ਅਰਦਾਸ ਬੇਨਤੀ ਕਰਵਾਈ ਗਈ ਅਤੇ ਬਾਣੀ ਵੀ ਪੜ੍ਹਦੇ ਰਹੇ ਤਾਂ ਅੱਜ ਉਹਨਾਂ ਦਾ ਬੱਚਾ ਬਿਲਕੁਲ ਠੀਕ ਹੋ ਗਿਆ। ਬੱਚੇ ਦੀ ਆਵਾਜ਼ ਵਾਪਸ ਆ ਗਈ ਹੈ ਅਤੇ ਪਰਿਵਾਰ ਨੇ ਖੁਸ਼ੀ ਵਿੱਚ ਗੁਰੂ ਰਾਮਦਾਸ ਜੀ ਦੇ ਦਰ ਤੇ ਟਰੈਕਟਰ ਵੀ ਸੇਵਾ ਵਜੋਂ ਭੇਟ ਕੀਤਾ ਹੈ। ਕੀ ਕਹਿਣਾ ਪਰਿਵਾਰ ਦਾ, ਆਓ ਸੁਣਦੇ ਹਾਂ। ਆਸ ਨਾਲ ਆਣ ਕੇ ਇੱਥੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਸੀ ਅਤੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ। ਬੇਟਾ ਜਿਹੜਾ ਬੋਲਣ ਲੱਗ ਪਿਆ, ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਚੜ੍ਹਾਇਆ ਹੈ। ਉਸ ਅਸੀਂ ਕੁਨਾ ਰੋਗ ਮੇਰ ਦਾਸ ਬੱਚਾ ਹੋ ਗੁਰੂ ਰਾਮਦਾਸ ਦੀ ਨਗਰੀ 'ਚ ਮੇਰਾ ਬੱਚਾ ਜ਼ਰੂਰ ਬੋਲੇਗਾ। ਪਾਣੀ ਪੱਕੀ ਸੀ ਬਾਬਾ ਜੀ ਮੰਗ ਕੇ ਪੀਤਾ, ਅੱਜ ਬਾਬੇ ਨੇ ਇੰਨੀ ਪਾਰ ਕਿਰਪਾ ਕੀਤੀ ਹੈ। ਬਲੀ ਸੁਨੇਹਾ ਸਤਿ ਸ਼੍ਰੀ ਅਕਾਲ।